ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਛਿੜੀ ਹੋਈ ਹੈ। ਇਸ ਵਕਤ ਸਾਡੇ ਨਾਲ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਫੋਨ ਲਾਈਨ ਤੇ ਜੁੜੇ ਨੇ। ਸਰ, ਨਵਜੋਤ ਸਿੰਘ ਸਿੱਧੂ ਅਸਤੀਫਾ ਦੇ ਚੁੱਕੇ ਨੇ, ਕੀ ਕਹਿਣਾ ਚਾਹੋਗੇ ਇਸ ਬਾਰੇ? ਮੈਂ ਤਾਂ ਸਿੱਧੂ ਸਾਹਿਬ ਨੂੰ ਪਹਿਲਾਂ ਵੀ ਅਪੀਲ ਕਰਦਾ ਰਿਹਾ ਵੀ ਸਿੱਧੂ ਸਾਹਿਬ ਅਸਤੀਫਾ ਇਹਦੇ ਬਾਰੇ ਰੀਥਿੰਕ ਕਰੋ, ਆਣ ਕੇ ਕੈਬਨਿਟ ਜੁਆਇਨ ਕਰੋ। ਸਿੱਧੂ ਸਾਹਿਬ ਇੰਟੈਲੀਜੈਂਟ ਆਦਮੀ ਹੈ, ਜਿਹੜਾ ਵੀ ਮੈਨੂੰ ਮਿਲੇਗਾ ਉਹ ਚ ਪਲਾਸੀ ਕਰੂਗਾ ਕੁਛ ਜੀ। ਪਰ ਇਹ ਸਿੱਧੂ ਸਾਹਿਬ ਦੀ ਮਰਜ਼ੀ ਹੈ। ਸਿੱਧੂ ਸਾਹਿਬ ਇੱਕ ਗਲਤ ਧਾਰਨਾ ਦਾ ਅਸਤੀਫਾ ਦੇ ਰਹੇ ਨੇ, ਕੋਈ ਪੋਰਟਫੋਲੀਓ ਕਿਸੇ ਦਾ ਬਰਥਰਾਈਟ ਨਹੀਂ ਜੀ। ਸੀਐਮ ਸਾਹਿਬ ਦਾ ਫੁੱਲ ਅਖਤਿਆਰਾਤ ਨੇ ਵੀ ਉਹ ਮਹਿਕਮੇ ਬਦਲ ਸਕਦੇ ਨੇ, ਸਭ ਦੇ ਬਦਲੇ ਨੇ। ਹਾਂ, ਉਹਨਾਂ ਨੂੰ ਜੇ ਗੁੱਸਾ ਹੈ ਤਾਂ ਸੀਐਮ ਸਾਹਿਬ ਨਾਲ ਬਹਿ ਕੇ ਗੱਲ ਕਰ ਲੈਣੀ ਚਾਹੀਦੀ ਹੈ ਜੀ। ਕਾਫੀ ਸਮੇਂ ਤੋਂ, ਕਾਫੀ ਸਮੇਂ ਤੋਂ ਟੈਕਨੀਕਲੀ ਅਸਤੀਫਾ ਅਸਤੀਫਾ ਨਹੀਂ ਹੈਗਾ ਜੀ। ਟੈਕਨੀਕਲੀ ਅਸਤੀਫਾ ਜੇ ਮਨ ਬਣਾ ਹੀ ਲਿਆ ਸਿੱਧੂ ਸਾਹਿਬ ਨੇ ਤਾਂ ਫਿਰ ਉਹ ਅਸਤੀਫਾ ਸੀਐਮ ਸਾਹਿਬ ਨੂੰ ਜਾਣਾ ਚਾਹੀਦਾ ਜੀ। ਅਸਤੀਫਾ ਦਿੱਤਿਆਂ ਮਹੀਨਾ ਹੋ ਗਿਆ, ਨਾ ਰਾਹੁਲ ਜੀ ਨੇ ਕੋਈ ਐਕਸ਼ਨ ਲਿਆ, ਨਾ ਰਾਹੁਲ ਜੀ ਨੇ ਸੀਐਮ ਸਾਹਿਬ ਭੇਜਿਆ, ਨਾ ਰਾਹੁਲ ਜੀ ਨੇ ਰਿਜੈਕਟ ਕੀਤਾ। ਸੋ ਇਹ ਤਾਂ ਸਿੱਧੂ ਸਾਹਿਬ ਨੇ ਜੇ ਮੈਂ ਚਾਹਾਂਗਾ ਮਨ ਨਾ ਬਣਾਵੇ, ਕੈਬਨਿਟ ਚ ਆਵੇ, ਮੈਂ ਉਹਨਾਂ ਨੂੰ ਮਿਲਣਾ ਵੀ ਚਾਹੂੰਗਾ, ਰਿਕੁਐਸਟ ਵੀ ਕਰਨੀ ਚਾਹੂੰਗਾ। ਮਿਲਦੇ ਹੀ ਨੀ ਪਏ ਪਿੱਛੇ ਦੇ, ਪਤਾ ਨੀ ਕਿੱਥੇ ਗਏ। ਸੁਣਿਆ ਸੀ ਮਾਤਾ ਦੇ ਵੈਸ਼ਨੋ ਦੇ ਵੀ ਪਤਾ ਨੀ ਕਿੱਥੇ ਗਏ ਹੋਏ ਨੇ ਜੀ। ਉਹ ਰੀਥਿੰਕ ਕਰਨ, ਪਰ ਜੇ ਉਹਨਾਂ ਮਨ ਬਣਾ ਹੀ ਲਿਆ ਤੇ ਫਿਰ ਟੈਕਨੀਕਲੀ ਇਹ ਅਸਤੀਫਾ ਨਹੀਂ, ਟੈਕਨੀਕਲੀ ਅਸਤੀਫਾ ਤਾਂ ਫਿਰ ਸੀਐਮ ਸਾਹਿਬ ਨੂੰ ਅਸਤੀਫਾ ਹੀ ਬਣਦਾ ਦੇਣਾ ਜੀ। ਇਹ ਗੱਲਾਂ ਚੱਲਦੀਆਂ ਸੀ ਕਿ ਲੰਮੇ ਸਮੇਂ ਤੋਂ ਸਿਰਫ ਇਸ ਕਰਕੇ ਨਾਰਾਜ਼ ਚੱਲ ਰਹੇ ਸੀ ਕਿ ਉਹਨਾਂ ਨੂੰ ਜਿਹੜਾ ਮੰਤਰੀ ਪਦ ਜਿਹੜਾ ਸੀਗਾ ਉਹ ਉਹਨਾਂ ਤੋਂ ਜਿਹੜੇ ਮਹਿਕਮਾ ਸੀਗਾ ਉਹ ਖੋਲਿਆ ਗਿਆ, ਇਸੇ ਕਰਕੇ ਉਹਨਾਂ ਦੇ ਵਿੱਚ ਨਿਰਾਸ਼ਾ ਚੱਲ ਰਹੀ ਹੈ। ਮੰਨ ਲਈ ਗੱਲ, ਮਹਿਕਮਾ ਮੇਰੇ ਕੋਲ ਵੀ ਖੋਲਿਆ, ਸੀਐਮ ਸਾਹਿਬ ਨੇ ਮਹਿਕਮਾ ਹੋਰ ਵੀ ਕਿੰਨਾ ਖੋਲ ਕੇ ਕਿਸੇ ਨੂੰ ਕੁਛ ਦੇ ਦਿੱਤਾ, ਮੈਨੂੰ ਵੀ ਦੇ ਕੁਛ ਹੋਰ ਦੇ ਦਿੱਤਾ ਜੀ। ਜੇ ਕੋਈ ਸਾਡੀ ਨਾਰਾਜ਼ਗੀ ਹੈ ਤੇ ਸੀਐਮ ਸਾਹਿਬ ਨਾਲ ਅੰਦਰ ਵੜ ਕੇ ਜ਼ਰੂਰ ਲੜੀਏ, ਜੋ ਮਰਜ਼ੀ ਕਰੀਏ, ਪਰ ਥਰੂ ਪ੍ਰੈਸ ਗੱਲਾਂ ਦਾ ਮਤਲਬ ਕੋਈ ਨੀ। ਸਿੱਧੂ ਸਾਹਿਬ ਦੀ ਨਾਰਾਜ਼ਗੀ ਵੀ ਸ਼ਾਇਦ ਸਹੀ ਹੋਵੇ, ਉਹ ਆਪਣੇ ਤੋਂ ਸੱਚੇ ਹੋਣ ਜੀ, ਪਰ ਉਹ ਗੱਲ ਬਹਿ ਕੇ ਹੀ ਕੀਤੀਆਂ ਗੱਲ ਦਾ ਕਿਸੇ ਪਾਸੇ ਗੱਲ ਲੱਗ ਸਕਦੀ। ਤੇ ਜੇ ਇਸ ਅਸਤੀਫੇ ਦੀ ਗੱਲ ਕਰੀਏ, ਤੁਸੀਂ ਵੈਸੇ ਆਪਣੇ ਵੱਲੋਂ ਤਾਂ ਕਹਿੰਦੇ ਹੋ ਵੀ ਟੈਕਨੀਕਲ ਤੌਰ ਤੇ ਗਲਤ ਆ, ਪਰ ਜੇ ਉਹ ਮੁੱਖ ਮੰਤਰੀ ਸਾਹਿਬ ਨੂੰ ਵੀ ਅਸਤੀਫਾ ਦਿੰਦੇ ਨੇ ਤਾਂ ਉਸ ਦਾ ਕਾਂਗਰਸ ਤੇ ਕੀ ਅਸਰ ਰਹਿਣ ਵਾਲਾ, ਪੰਜਾਬ ਤੇ ਕੀ ਅਸਰ ਰਹਿਣ ਵਾਲਾ? ਦੇਖੋ, ਬਹੁਤ ਬਹੁਤ ਚੰਗੀ ਗੱਲ ਨਹੀਂ ਹੋਵੇਗੀ ਸਿੱਧੂ ਸਾਹਿਬ ਦਾ ਜਾਣਾ, ਮੈਂ ਬਹੁਤੀ ਚੰਗੀ ਗੱਲ ਨਹੀਂ ਸਮਝਦਾ ਜੀ, ਤੇ ਬਾਕੀ ਆਉਣ ਵਾਲਾ ਸਮਾਂ ਦੱਸੇਗਾ। ਬਾਜਵਾ ਸਾਹਿਬ, ਬਾਕੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਵੱਲੋਂ ਸੱਦੇ ਦੇਣੇ ਵੀ ਸ਼ੁਰੂ ਕਰ ਦਿੱਤੇ ਗਏ ਨੇ ਨਵਜੋਤ ਸਿੰਘ ਸਿੱਧੂ ਨੂੰ, ਕਹਿੰਦੇ ਵੀ ਅਸੀਂ ਪਾਰਟੀ ਉਹ ਛੱਡਣ ਤੇ ਅਸੀਂ ਅਸਤੀਫਾ ਦੇਣ ਤੇ ਅਸੀਂ ਉਹਨਾਂ ਨੂੰ ਸਾਦੇ ਪਏ। ਦੇਖੋ ਜੀ, ਉਹਨਾਂ ਪਾਰਟੀ ਦਾ ਮਤਲਬ ਫੈਸਲਾ, ਬਾਕੀ ਸਿੱਧੂ ਫੈਸਲਾ ਵਾ, ਪਰ ਸਿੱਧੂ ਵੀ ਰੋਜ਼ ਰੋਜ਼ ਪਾਰਟੀਆਂ ਬਦਲਣੀਆਂ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ ਹੁੰਦੀ ਜੀ। ਬਹੁਤ ਸਿਆਣੇ ਨੇ, ਮੈਂ ਤਾਂ ਮੁਕਾਬਲੇ ਕੋਈ ਚੀਜ਼ ਹੀ ਨਹੀਂ ਹੈਗਾ ਜੀ। ਸਟਿਲ ਹਰ ਦੂਜੇ ਸਾਲ ਪਾਰਟੀ ਬਦਲ ਲੈਣੀ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ, ਚੰਗੀ ਨਹੀਂ ਹੈਗੀ ਜੀ। ਬਹੁਤ ਬਹੁਤ ਸ਼ੁਕਰੀਆ। ਕਿੱਥੇ ਜਾਣਾ ਹੈ, ਕਿਹੜੀ ਪਾਰਟੀ ਜੁਆਇਨ ਕਰਨੀ ਹੈ, ਤੇ ਉਹਨਾਂ ਦਾ ਆਪਣਾ ਫੈਸਲਾ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ।